ਹਾਂ ਬਿਲਕੁਲ ਠੀਕ ਗੱਲ ਆ, ਯੋਜਨਾ ਤਾਂ ਕਰਨਾ ਚਾਹੀਦਾ। ਡੈਮੋਕ੍ਰੇਸੀ 'ਚ ਮੇਰਾ ਰਾਈਟ ਆ, 7 ਵਜੇ ਦਾ ਟਾਈਮ ਆ, ਮੈਂ ਆ ਗਿਆ 7 ਵਜੇ ਟਾਈਮ ਨਾਲ, ਠੀਕ ਨਹੀਂ, ਵੋਟ ਪਾਵਾਂਗੇ, ਆਪਣਾ ਰਾਈਟ ਯੂਜ਼ ਕਰਾਂਗੇ, ਸਭ ਨੂੰ ਯੂਜ਼ ਕਰਨਾ ਚਾਹੀਦਾ, ਠੀਕ ਨਹੀਂ, ਇਹਦੇ ਨਾਲ ਹੀ ਗੌਰਮੈਂਟ ਬਣਨੀ ਹੈ, ਇਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਹੋਣੀ ਹੈ। ਦਿਲ 'ਚ ਆਇਆ ਤਾਂ ਨਹੀਂ ਕਿ ਯਾਰ ਮੈਂ ਪਹਿਲਾਂ ਵੀ ਇਸੀ ਜਿਹੜੇ ਕੀ ਹੈ ਸੰਵਿਧਾਨ ਸਭਾ ਲਈ ਵੋਟ ਪਾਈ ਸੀ, ਜਦੋਂ ਉਮੀਦਵਾਰ ਨੇ ਜਿਹੜੇ ਜਿਤਾਇਆ ਸੀ ਉਹਨੇ ਸੀਟ ਛੱਡਤੀ, ਹੁਣ ਦੁਬਾਰਾ 5 ਜਾਣੀ, ਆਇਆ ਤਾਂ ਨਹੀਂ ਦਿਮਾਗ 'ਚ ਇੱਦਾਂ? ਨਹੀਂ, ਇਹ ਕੋਈ ਇੱਦਾਂ ਦੀ ਦਿਮਾਗ ਨਹੀਂ, ਅਸੀਂ ਵੋਟ ਪਾਤੀ, ਅਸੀਂ ਆਪਣਾ ਕੰਮ ਖਤਮ ਕਰਤਾ, ਬਾਕੀ ਉਹ ਜਿਹੜਾ ਕੈਂਡੀਡੇਟ ਜਿੱਤਿਆ ਹਾਰਿਆ ਕੀ ਉਹਨ ਕੀਤਾ, ਇਹ ਉਹਦੀ ਸਿਰਦਰਦੀ ਆ, ਅਤੇ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਵੀ ਬੰਦਾ ਜਿੱਤਦਾ ਆ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਂ ਬਿਲਕੁਲ ਠੀਕ ਗੱਲ ਆ, ਯੋਜਨਾ ਤਾਂ ਕਰਨਾ ਚਾਹੀਦਾ, ਡੈਮੋਕ੍ਰੇਸੀ 'ਚ ਮੇਰਾ ਰਾਈਟ ਆ, 7 ਵਜੇ ਦਾ ਟਾਈਮ ਆ, ਮੈਂ ਆ ਗਿਆ 7 ਵਜੇ ਟਾਈਮ ਨਾਲ, ਠੀਕ ਨਹੀਂ, ਵੋਟ ਪਾਵਾਂਗੇ, ਆਪਣਾ ਰਾਈਟ ਯੂਜ਼ ਕਰਾਂਗੇ, ਸਭ ਨੂੰ ਯੂਜ਼ ਕਰਨਾ ਚਾਹੀਦਾ, ਠੀਕ ਨਹੀਂ, ਇਹਦੇ ਨਾਲ ਹੀ ਗੌਰਮੈਂਟ ਬਣਨੀ ਹੈ, ਇਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਹੋਣੀ ਹੈ। ਦਿਲ 'ਚ ਆਇਆ ਤਾਂ ਨਹੀਂ ਕਿ ਯਾਰ ਮੈਂ ਪਹਿਲਾਂ ਵੀ ਇਸੀ ਜਿਹੜੇ ਕੀ ਹੈ ਸੰਵਿਧਾਨ ਸਭਾ ਲਈ ਵੋਟ ਪਾਈ ਸੀ, ਜਦੋਂ ਉਮੀਦਵਾਰ ਨੇ ਜਿਹੜੇ ਜਿਤਾਇਆ ਸੀ ਉਹਨੇ ਸੀਟ ਛੱਡਤੀ, ਹੁਣ ਦੁਬਾਰਾ 5 ਜਾਣੀ, ਆਇਆ ਤਾਂ ਨਹੀਂ ਦਿਮਾਗ 'ਚ ਇੱਦਾਂ? ਨਹੀਂ, ਇਹ ਕੋਈ ਇੱਦਾਂ ਦੀ ਦਿਮਾਗ ਨਹੀਂ, ਅਸੀਂ ਵੋਟ ਪਾਤੀ, ਅਸੀਂ ਆਪਣਾ ਕੰਮ ਖਤਮ ਕਰਤਾ, ਬਾਕੀ ਉਹ ਜਿਹੜਾ ਕੈਂਡੀਡੇਟ ਜਿੱਤਿਆ ਹਾਰਿਆ ਕੀ ਉਹਨ ਕੀਤਾ, ਇਹ ਉਹਦੀ ਸਿਰਦਰਦੀ ਆ, ਅਤੇ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਵੀ ਬੰਦਾ ਜਿੱਤਦਾ ਆ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਂ ਬਿਲਕੁਲ ਠੀਕ ਗੱਲ ਆ, ਯੋਜਨਾ ਤਾਂ ਕਰਨਾ ਚਾਹੀਦਾ, ਡੈਮੋਕ੍ਰੇਸੀ 'ਚ ਮੇਰਾ ਰਾਈਟ ਆ, 7 ਵਜੇ ਦਾ ਟਾਈਮ ਆ, ਮੈਂ ਆ ਗਿਆ 7 ਵਜੇ ਟਾਈਮ ਨਾਲ, ਠੀਕ ਨਹੀਂ, ਵੋਟ ਪਾਵਾਂਗੇ, ਆਪਣਾ ਰਾਈਟ ਯੂਜ਼ ਕਰਾਂਗੇ, ਸਭ ਨੂੰ ਯੂਜ਼ ਕਰਨਾ ਚਾਹੀਦਾ, ਠੀਕ ਨਹੀਂ, ਇਹਦੇ ਨਾਲ ਹੀ ਗੌਰਮੈਂਟ ਬਣਨੀ ਹੈ, ਇਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਹੋਣੀ ਹੈ। ਦਿਲ 'ਚ ਆਇਆ ਤਾਂ ਨਹੀਂ ਕਿ ਯਾਰ ਮੈਂ ਪਹਿਲਾਂ ਵੀ ਇਸੀ ਜਿਹੜੇ ਕੀ ਹੈ ਸੰਵਿਧਾਨ ਸਭਾ ਲਈ ਵੋਟ ਪਾਈ ਸੀ, ਜਦੋਂ ਉਮੀਦਵਾਰ ਨੇ ਜਿਹੜੇ ਜਿਤਾਇਆ ਸੀ ਉਹਨੇ ਸੀਟ ਛੱਡਤੀ, ਹੁਣ ਦੁਬਾਰਾ 5 ਜਾਣੀ, ਆਇਆ ਤਾਂ ਨਹੀਂ ਦਿਮਾਗ 'ਚ ਇੱਦਾਂ? ਨਹੀਂ, ਇਹ ਕੋਈ ਇੱਦਾਂ ਦੀ ਦਿਮਾਗ ਨਹੀਂ, ਅਸੀਂ ਵੋਟ ਪਾਤੀ, ਅਸੀਂ ਆਪਣਾ ਕੰਮ ਖਤਮ ਕਰਤਾ, ਬਾਕੀ ਉਹ ਜਿਹੜਾ ਕੈਂਡੀਡੇਟ ਜਿੱਤਿਆ ਹਾਰਿਆ ਕੀ ਉਹਨ ਕੀਤਾ, ਇਹ ਉਹਦੀ ਸਿਰਦਰਦੀ ਆ, ਅਤੇ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਵੀ ਬੰਦਾ ਜਿੱਤਦਾ ਆ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਂ ਬਿਲਕੁਲ ਠੀਕ ਗੱਲ ਆ, ਯੋਜਨਾ ਤਾਂ ਕਰਨਾ ਚਾਹੀਦਾ, ਡੈਮੋਕ੍ਰੇਸੀ 'ਚ ਮੇਰਾ ਰਾਈਟ ਆ, 7 ਵਜੇ ਦਾ ਟਾਈਮ ਆ, ਮੈਂ ਆ ਗਿਆ 7 ਵਜੇ ਟਾਈਮ ਨਾਲ, ਠੀਕ ਨਹੀਂ, ਵੋਟ ਪਾਵਾਂਗੇ, ਆਪਣਾ ਰਾਈਟ ਯੂਜ਼ ਕਰਾਂਗੇ, ਸਭ ਨੂੰ ਯੂਜ਼ ਕਰਨਾ ਚਾਹੀਦਾ, ਠੀਕ ਨਹੀਂ, ਇਹਦੇ ਨਾਲ ਹੀ ਗੌਰਮੈਂਟ ਬਣਨੀ ਹੈ, ਇਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਹੋਣੀ ਹੈ। ਦਿਲ 'ਚ ਆਇਆ ਤਾਂ ਨਹੀਂ ਕਿ ਯਾਰ ਮੈਂ ਪਹਿਲਾਂ ਵੀ ਇਸੀ ਜਿਹੜੇ ਕੀ ਹੈ ਸੰਵਿਧਾਨ ਸਭਾ ਲਈ ਵੋਟ ਪਾਈ ਸੀ, ਜਦੋਂ ਉਮੀਦਵਾਰ ਨੇ ਜਿਹੜੇ ਜਿਤਾਇਆ ਸੀ ਉਹਨੇ ਸੀਟ ਛੱਡਤੀ, ਹੁਣ ਦੁਬਾਰਾ 5 ਜਾਣੀ, ਆਇਆ ਤਾਂ ਨਹੀਂ ਦਿਮਾਗ 'ਚ ਇੱਦਾਂ? ਨਹੀਂ, ਇਹ ਕੋਈ ਇੱਦਾਂ ਦੀ ਦਿਮਾਗ ਨਹੀਂ, ਅਸੀਂ ਵੋਟ ਪਾਤੀ, ਅਸੀਂ ਆਪਣਾ ਕੰਮ ਖਤਮ ਕਰਤਾ, ਬਾਕੀ ਉਹ ਜਿਹੜਾ ਕੈਂਡੀਡੇਟ ਜਿੱਤਿਆ ਹਾਰਿਆ ਕੀ ਉਹਨ ਕੀਤਾ, ਇਹ ਉਹਦੀ ਸਿਰਦਰਦੀ ਆ, ਅਤੇ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਵੀ ਬੰਦਾ ਜਿੱਤਦਾ ਆ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਂ ਬਿਲਕੁਲ ਠੀਕ ਗੱਲ ਆ, ਯੋਜਨਾ ਤਾਂ ਕਰਨਾ ਚਾਹੀਦਾ, ਡੈਮੋਕ੍ਰੇਸੀ 'ਚ ਮੇਰਾ ਰਾਈਟ ਆ, 7 ਵਜੇ ਦਾ ਟਾਈਮ ਆ, ਮੈਂ ਆ ਗਿਆ 7 ਵਜੇ ਟਾਈਮ ਨਾਲ, ਠੀਕ ਨਹੀਂ, ਵੋਟ ਪਾਵਾਂਗੇ, ਆਪਣਾ ਰਾਈਟ ਯੂਜ਼ ਕਰਾਂਗੇ, ਸਭ ਨੂੰ ਯੂਜ਼ ਕਰਨਾ ਚਾਹੀਦਾ, ਠੀਕ ਨਹੀਂ, ਇਹਦੇ ਨਾਲ ਹੀ ਗੌਰਮੈਂਟ ਬਣਨੀ ਹੈ, ਇਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਹੋਣੀ ਹੈ। ਦਿਲ 'ਚ ਆਇਆ ਤਾਂ ਨਹੀਂ ਕਿ ਯਾਰ ਮੈਂ ਪਹਿਲਾਂ ਵੀ ਇਸੀ ਜਿਹੜੇ ਕੀ ਹੈ ਸੰਵਿਧਾਨ ਸਭਾ ਲਈ ਵੋਟ ਪਾਈ ਸੀ, ਜਦੋਂ ਉਮੀਦਵਾਰ ਨੇ ਜਿਹੜੇ ਜਿਤਾਇਆ ਸੀ ਉਹਨੇ ਸੀਟ ਛੱਡਤੀ, ਹੁਣ ਦੁਬਾਰਾ 5 ਜਾਣੀ, ਆਇਆ ਤਾਂ ਨਹੀਂ ਦਿਮਾਗ 'ਚ ਇੱਦਾਂ? ਨਹੀਂ, ਇਹ ਕੋਈ ਇੱਦਾਂ ਦੀ ਦਿਮਾਗ ਨਹੀਂ, ਅਸੀਂ ਵੋਟ ਪਾਤੀ, ਅਸੀਂ ਆਪਣਾ ਕੰਮ ਖਤਮ ਕਰਤਾ, ਬਾਕੀ ਉਹ ਜਿਹੜਾ ਕੈਂਡੀਡੇਟ ਜਿੱਤਿਆ ਹਾਰਿਆ ਕੀ ਉਹਨ ਕੀਤਾ, ਇਹ ਉਹਦੀ ਸਿਰਦਰਦੀ ਆ, ਅਤੇ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਵੀ ਬੰਦਾ ਜਿੱਤਦਾ ਆ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।